प्यारे बच्चों छठी कक्षा ਦੇ ਵਿੱਚ ਅਸਾਂ ਕਰਾਂਗੇ ਪੁਲਿੰਗ ਤੇ ਇਸਤਰੀ ਲਿੰਗ ਲਿੰਗ ਕਿ ਨੂੰ ਆਂਦੇ ਨੇ ਸ਼ਬਦਾਂ ਦੇ પુરੁਖਵਾਚਕ ਅਤੇ ਇਸਤਰੀਵਾਚਕ ਭੇਦ ਨੂੰ ਆਖਦੇ ਹਨ ਪੁਲਿੰਗ ਪੁਲਿੰਗ ਕਿ ਨੂੰ ਆਂਦੇ ਨੇ ਜਿੰਨ ਸਭ ਜਿਸ ਸ਼ਬਦ ਦੇ ਭਾਵ ਤੋਂ ਕਿਸੇ પુરਖ ਜਾਂ ਨਰ ਹੋਣ ਤਾਂ ਗਿਆਨ ਹੋਵੇ ਉਹਨੂੰ ਅਸਾਂ ਕੀ ਆਂਦੇ ਨੇ ਪੁਲਿੰਗ ਆਖਦੇ ਨੇ ਉਹਨੇ ਉਸ ਨੂੰ ਪੁਲਿੰਗ ਅਖਦੇ ਨੇ ਜਿਵੇਂ ਘੋੜਾ ਆਦਮੀ ਚਾਚਾ ਮੁੰਡਾ ਆਦਿ ਇਸੇ ਤਰ੍ਹਾਂ ਇਸਤਰੀ ਲਿੰਗ ਕੀ ਹੁੰਦਾ ਹੈ ਜਿਸ ਸ਼ਬਦ ਦੇ ਭਾਵ ਦੇ ਕਿਸੇ ਇਸਤਰੀ ਦਾ ਜਾਂ ਮਾਦਾ ਹੋਣ ਦਾ ਗਿਆਨ ਹੋਵੇ ਉਸ ਨੂੰ ਇਸਤਰੀ ਲਿੰਗ ਕਹਿੰਦੇ ਹਨ ਜਿਵੇਂ ਗੋੜੀ ਔਰਤ ਚਾਚੀ ਕੁੱਤੀ ਸੋਰੀ ਕੁੜੀ ਕੁੜੀ ਆਦੀ ਇਹਨੂੰ ਅਸੀਂ ਇਹਨਾਂ ਨੂੰ ਕੀ ਹੁੰਦੇ ਨੇ ਇਸਤਰੀ ਲਿੰਗ ਆਖਦੇ ਨੇ ਜਿਵੇਂ ਨਾਨਾ ਨਾਨੀ ਥਾਲ ਥਾਲੀ ਕੰਘਾ ਕੰਘੀ ਮੰਜਾ ਮੰਜੀ ਝੰਡਾ ਝੰਡੀ ਪਤੀ ਪਤਨੀ ਸ਼ੇਰ ਸ਼ੇਰਨੀ ਤੇ ਪਿਆਰੇ ਬੱਚੋ ਤੁਸੀਂ ਅੱਜ ਕੀ ਕਰਨਾ ਹੈ ਅੱਜ ਤੁਸੀਂ ਜੇ ਇੱਕ ਕਰਾਏ ਗਏ ਨੇ ਤੁਸੀਂ ਦੋਈ ਗੱਲ ਯਾਦ ਰੱਖਣੀ ਹੈ ਪੁਲਿੰਗ ਅਤੇ ਇਸਤਰੀਂ ਕਿਨ ਹੁੰਦੇ ਨੇ ਜਿਵੇਂ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਪੁਲਿੰਗ ਕਿਨ ਹੁੰਦੇ ਨੇ ਜਿਸ ਸ਼ਬਦ ਦੇ ਨਾਲ ਜਾਂ ਜਿਸ ਸ਼ਬਦ ਦੇ ਭਾਵ ਦੇ ਕਿਸੇ ਪੁਰਖ ਜਾਂ ਨਰ ਹੋਣ ਦਾ ਗਿਆਨ ਹੋਵੇ ਉਹਨੂੰ ਜਾਂ ਉਸ ਨੂੰ ਪੁਲਿੰਗ ਆਉਂਦੇ ਨੇ ਪੁਲਿੰਗ ਕਹਿੰਦੇ ਨੇ ਇਸੇ ਤਰ੍ਹਾਂ ਇਸਤਰੀਂ ਕਿਨੇ ਆਉਂਦੇ ਨੇ ਜਿਸ ਸਬਦੇ ਭਾਵ ਤੋਂ ਕਿਸੇ ਇਸਤਰੀ ਜਾਂ ਮਾਦਾ ਹੋਣ ਦਾ ਗਿਆਨ ਹੋਵੇ ਉਸ ਨੂੰ ਅਸਾਂ ਕੀ ਹੁੰਦੇ ਨੇ ਇਸਤਰੀ ਲਿੰਗ ਕਹਿੰਦੇ ਹਨ ਜਿਵੇਂ ਗੋੜੀ ਔਰਤ ਚਾਚੀ ਕੁੜੀ ਆਦੀ ਪਿਆਰੇ ਬੱਚੋ ਤੁਸੀਂ ਅੱਜ ਦੋਈ ਚੀਜ਼ ਯਾਦ ਕਰਨੀਆਂ ਪੁਲਿੰਗ ਕਿਹਨੂੰ ਹੁੰਦੇ ਨੇ ਤੇ ਇਸਤਰੀ ਲਿੰਗ ਕਿਹਨੂੰ ਹੁੰਦੇ ਨੇ ਔਰ ਇਹਨਾਂ ਨੂੰ ਆਪਣੀ ਅਭਿਆਸ ਦੀ ਕਾਪੀ 'ਚ ਲਿਖਿਆ ਜੇ ਤੇ ਉਹਨੂੰ ਮੇਰੇ ਨੰਬਰ 'ਤੇ ਭੇਜਾ ਜੇ ਧੰਨਵਾਦ